ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੰਦ ਕ ਭਾਗੀ ਖਬਰ ਹੁਣੇ ਸੁਣਨ ਨੂੰ ਮਿਲੀ ਹੈ ਕਿ ਸਰਦਾਰ ਦੀਪ ਸਿੱਧੂ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਆਪਾਂ ਸਾਰੇ ਜਾਣਦੇ ਸਾਂ ਕਿ ਕੀ ਅਗਵਾਈ ਉਹਨਾਂ ਨੇ ਕੀਤੀ ਯੁੱਧ ਦੀ ਇੱਕ ਭਿਆਨਕ ਐਕਸੀਡੈਂਟ ਦੇ ਵਿੱਚ ਦਿੱਲੀ ਦੇ ਬਾਰਡਰ ਤੋਂ ਪਰੇ ਸੋਨੀਪਾਟਾੜੇ ਪਾਸੇ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ ਮੈਂ ਸਮਝਦਾ ਕਿ ਆਉਣਾਰੇ ਸਮੇਂ ਚ ਇੱਕ ਉਬਰਦੈ ਚੇਰਾ ਸੀ ਪੰਜਾਬ ਦੇ ਕੌਸ ਦੀ ਲੜੇ ਕਿਸਾਨਾਂ ਦੇ ਕੌਸ ਦੀ ਲੜੇ ਔਰ ਸਭ ਤੋਂ ਵੱਡੀ ਗੱਲ ਕਿ ਵੱਡੇ ਤੋਂ ਵੱਡੇ ਕੇਸ ਪੈਂਡ ਤੋਂ ਬਾਅਦ ਡਰੇ ਨਹੀਂ ਦਬੇ ਨਹੀਂ ਆਪਣੀ ਆਵਾਜ਼ ਚੁੱਕੀ ਉਹਨਾਂ ਦੀ ਸੋਚ ਕੁਝ ਵੀ ਹੋ ਸਕਦੀ ਹੈ ਕਈ ਲੋਕਾਂ ਨੇ ਉਹਨਾਂ ਦੇ ਨਾਂ ਤੇ ਰਾਜਨੀਤੀ ਕੀਤੀ ਲੇਕਿਨ ਇਹ ਉਹਨਾਂ ਵਰਗੇ ਨਹੀਂ ਨਿਕਲੇ ਕਿ ਜਿਹੜੇ ਕਿਸਾਨਾਂ ਦੇ ਪੈਰੋਕਾਰ ਬਣਦੇ ਸੀਗੇ ਅਕੀਲ ਸਰਕਾਰਾਂ ਦੇ ਦਬਾਅ ਥੱਲੇ ਸਰਕਾਰਾਂ ਦੀ ਝੋਲੀਆਂ ਚੁੱਕਦੇ ਰਹੇ ਸੌਦੇ ਕਰ ਗਏ ਮੈਂ ਸਮਝਦਾ ਕਿ ਦੀਪ ਸਿੱਧੂ ਦੇ ਜਾਣ ਨਾਲ ਅੱਜ ਕਿਸਾਨ ਮੋਰਚੇ ਨੂੰ ਪੰਜਾਬ ਨੂੰ ਅੱਜ ਕੌਮ ਨੂੰ ਘਾਟਾ ਪਿਆ ਗੁਰੂ ਮਹਾਰਾਜ ਜਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਮਾਸ ਬਖਸ਼ਣ ਡਿਟੇਲ ਹਲੇ ਨਹੀਂ ਆਈ ਕੋਈ ਆਖਦੇ ਨੇ ਇਕੱਲੇ ਸਨ ਕੋਈ ਆਖਦੇ ਤਿੰਨ ਬੰਦੇ ਸਨ ਲੇਕਿਨ ਹਲੇ ਡਿਟੇਲ ਕੋਈ ਨਹੀਂ ਆਈ ਜਿਵੇਂ ਵੀ ਕੋਈ ਡਿਟੇਲ ਆਏਗੀ ਉਹ ਜ਼ਰੂਰ ਸ਼ੇਅਰ ਕੀਤੀ ਜਾਏਗੀ ਪਰ ਮੈਂ ਸਮਝਦਾ ਵਾਂ ਕਿ ਐਸਾ ਨੌਜਵਾਨ ਜਿਹੜਾ ਪੰਜਾਬ ਦੀ ਧਰਤੀ ਤੋਂ ਉੱਠਿਆ ਸੀਗਾ ਕੌਮ ਦੀ ਆਵਾਜ਼ ਚੁੱਕਦਾ ਸੀਗਾ ਉਹਦਾ ਰਸਤਾ ਕੁਝ ਵੀ ਹੋ ਸਕਦਾ ਹੈ ਅਸੀਂ ਉਸ ਨਾਲ ਸਹਿਮਤ ਹੋਈਏ ਨਾ ਹੋਈਏ ਲੇਕਿਨ ਦਲੇਰੀ ਦੇ ਨਾਲ ਬਲੰਦੀ ਦੇ ਨਾਲ ਆਵਾਜ਼ ਚੁੱਕਦਾ ਸੀਗਾ ਬਹੁਤ ਘਾਟਾ ਕੌਮ ਨੂੰ ਪਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ